ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪਾਸਪੋਰਟ ਬਣਾਉਣ ਵਾਲਿਆਂ ਦੇ ਲਈ ਆਈ ਅਹਿਮ ਖਬਰ ਤਾਂ ਦੋਸਤੋ ਪਾਸਪੋਰਟ ਸਬਾਮਾ ਦੇ ਨਾਲ ਸਬੰਧਤ ਅਰਜ਼ੀਆਂ ਦੀ ਬਾਧੀ ਗਿਣਤੀ ਨੂੰ ਦੇਖਦੇ ਹੋਏ ਜਲੰਧਰ ਦੇ ਆਰ ਪੀਓ ਵੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਸਾਰੇ ਪਾਸਪੋਰਟ ਸੇਵਾ ਕੇਂਦਰ ਅਤੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਬਿਨੇ ਕਰਨ ਦੀ ਸਹੂਲਤ ਲਈ ਐਸਾ ਸ਼ਨੀਵਾਰ 8 ਜੁਲਾਈ 2023 ਨੂੰ ਖੁੱਲੇ ਰਹਿਣਗੇ ਬਧੇਰੇ ਜਾਣਕਾਰ ਦਿੰਦੇ ਹੋਏ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸੰਗ ਨੇ ਦੱਸਿਆ ਹੈ ਕਿ ਇਹ ਫੈਸਲਾ ਵਿਦੇਸ਼ ਮੰਤਰਾਲੇ ਦੇ ਵੱਲੋਂ ਬਿਨੇ ਕਰਨ ਦੀ ਸਹੂਲਤ ਅਤੇ ਸਹਾਇਤਾ ਲਈ ਲਿਆ ਗਿਆ ਹੈ ਪੀਐਮ ਕਾਸਾਨ ਜੋਇਨ ਦੇ ਵਿੱਚ ਆ ਵੱਡੇ ਬਦਲਾਅ ਤੋਂ ਬਾਅਦ ਕਰੋੜਾ ਕਿਸਾਨਾਂ ਨੂੰ ਸਦਾ ਲਾਭ ਤਾਂ ਦੋਸਤੋ ਮੋਦੀ ਸਰਕਾਰ 15 ਜੁਲਾਈ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੀ 14ਵੀਂ ਕਿਸ਼ਤ ਦਾ ਟ੍ਰਾਂਸਫਰ ਕਰ ਸਕਦੇ ਆ ਹਾਲਾਂਕਿ ਐਸਾ ਸੰਬੰਧੀ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਦੱਸਦੇ ਕਿ ਹੁਣ ਤੱਕ ਖੇਤੀ ਖੇਤਰ ਦੇ ਨਾਲ ਜੁੜੇ ਲੋਕਾਂ ਕੋਲ 13 ਕਿਸ਼ਤਾਂ ਦਾ ਲਾਭ ਲੈ ਚੁੱਕੇ ਹਨ ਅਤੇ ਹੁਣ 14ਵੀਂ ਕਿਸ਼ਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਤੁਹਾਨੂੰ ਦੱਸ ਰਿਹਾ ਕਿ ਹਰ ਸਾਲ ਕੇਂਦਰ ਸਰਕਾਰ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਸਹਾਨਾ ਰਾਸ਼ੀ ਵਜੋਂ ਦਿੰਦੀ ਹੈ ਤੇ ਇਹ ਪੈਸਾ 2-2000 ਰੁਪਏ ਦੀਆਂ ਤਿੰਨ ਕਿਸ਼ਤਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਹਿਬ ਸੈਨਾ ਦੇ ਪ੍ਰਧਾਨ ਹਰੀਸ਼ ਸਿੰਗਲਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਅਦਾਲਤ ਨੇ ਭੇਜਿਆ ਜੇਲ੍ਹ ਤਾਂ ਦੋਸਤੋ ਸਹਿਬ ਸੈਨਾ ਸ਼ਿੰਦੇ ਦੇ ਪ੍ਰਧਾਨ ਹਰੀਸ਼ ਸਿੰਗਲਾ ਨੂੰ ਅੱਜ ਸਵੇਰੇ ਪਟਿਆਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਇੱਥੇ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਰਾਸਤਾ ਤੇ ਜੇਲ੍ਹ ਭੇਜ ਦਿੱਤਾ ਹਰੀਸ਼ ਸਿੰਗਲਾ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਪੁਲਿਸ ਦੇ ਵੱਲੋਂ ਖਾਲਸਤਾਨ ਦੇ ਵਿਰੋਧ ਦਾ ਅਪਾਈ ਗਈ ਪੜਕਾਉ ਪੋਸਟ ਦੇ ਖਿਲਾਫ ਗ੍ਰਫਤਾਰ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਰਾਂਝਸ ਕਰਕੇ ਸਰਕਾਰ ਹਿੰਦੂਆਂ ਦੇ ਨਾਲ ਧੱਕਾ ਕਰੀਆ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਕੋਰਟ ਵਿੱਚ ਲਾਈ ਗਈ ਹੈ ਤੇ ਪੁਲਿਸ ਵੱਲੋਂ ਅੱਜ ਜੋ ਕਾਰਵਾਈ ਕੀਤੀ ਗਿਆ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਦਿੱਤੀ ਗਈ ਹੈ। ਅਗਲੀ ਖਬਰ ਹੈ ਜੀਰਾ ਅਦਾਲਤ ਵਿੱਚ ਪੇਚੀ ਦੇ ਲਈ ਪਹੁੰਚੇ ਸੁਖਬੀਰ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਸਮੇਤ ਹੋਰ ਅਕਾਲੀ ਆਗੂ ਤੇ ਵਰਕਰ ਅੱਜ ਮਾਨਯੋਗ ਸਿਵਲ ਅਦਾਲਤ ਜੀਰਾ ਵਿਖੇ ਪੇਚੀ ਦੇ ਲਈ ਪਹੁੰਚੇ ਦਰਸਾਲ 2017 ਦੇ ਵਿੱਚ ਨੈਸ਼ਨਲ ਹਾਈਵੇ ਨੰਬਰ 54 ਤੇ ਜਾਮ ਲਗਾਉਣ ਦੇ ਦੋਸ਼ ਦੇ ਵਿੱਚ ਥਾਣਾ ਮਖੂ ਦੇ ਵਿਖੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਇਸ ਮੌਕੇ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦਾ ਪੋੜਿਆ ਤੇ ਇਸ ਤੋਂ ਇਲਾਵਾ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਵਿਕਰਮ ਸੰਗਾ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਦੇ ਸਰਕਾਰ ਔਣ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਹੀ ਗਈ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਪੇਦਾ ਦਾ ਪਰਦਾਫਾ ਸ਼ੋਰਿਆ ਤੇ ਇਸ ਤੋਂ ਇਲਾਵਾ ਕਾਲੀਦਾਲ ਦੇ ਵਕੀਲਾ ਗੁਰਬਾਚਨ ਸਿੰਘਾ ਗੱਲ ਨੇ ਗੱਲਬਾਤ ਦਰਾਂ ਦੱਸਿਆ ਹੈ ਕਿ ਮਾਮਲੇ ਦੇ ਅਗਲੇ ਸੁਣਵਾਈ 13 ਜੁਲਾਈ ਨੂੰ ਹੋਵੇਗੀ ਅंसारी ਦੇ ਭਤੀਜੇ ਨੂੰ ਜ਼ਮੀਨਾਂ ਦੇਣ ਵਾਲੇ ਤੇ ਦਬਾਉਣ ਵਾਲਿਆਂ ਖਿਲਾਫ ਹੋਵੇ ਕਾਰਵਾਈ ਰਾਜਾ ਬੜਿੰਗ ਤਾਂ ਦੋਸਤੋ ਕਾਂਗਰਸ ਅਸੂਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗਾ ਨੇ ਕਿਹਾ ਕਿ ਮੁਖਤਾਰ ਅंसारी ਦੇ ਭਤੀਜੇ ਨੂੰ ਜ਼ਮੀਨਾਂ ਦੇਣ ਵਾਲੇ ਤੇ ਦਬਾਉਣ ਵਾਲੇ ਦੋਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਨਾਰਾ ਕਹਣਾ ਕਿ ਅंसारी ਮਾਮਲੇ ਦੇ ਵਿੱਚ ਪਾਰਟੀ ਆਪਣਾ ਪੱਖ ਰੱਖ ਚੁੱਕਿਆ ਪਰ ਸਰਕਾਰ ਦੇ ਬਲ ਬਹੁਤੀਆਂ ਗੱਲਾਂ ਤੱਥਾਂ ਤੋਂ ਪਰੇ ਹੁੰਦੀਆਂ ਹਨ ਜਿਨ੍ਹਾਂ ਦੀ ਕੋਈ ਪੋਜ਼ਿਟਿਵ ਵੀ ਨਹੀਂ ਹੁੰਦੀ ਰਾਜਾ ਬੜੰਗ ਨੇ ਕਹਿ ਕੇ ਕਾਂਗਰਸ ਪਾਰਟੀ ਦੇ ਬਲੋ 2024 ਨਾ ਚੋਣਾਂ ਦੇ ਲਈ ਅਮੀਰਵਾਰ ਚਾਰ ਮਹੀਨੇ ਪਹਿਲਾਂ ਹੀ ਕੀਤਾ ਜਾਵੇਗਾ ਲੋਕਾਂ ਦੇ ਵਿੱਚ ਵਿਚਰਨ ਤੇ ਲੋਕ ਹਿੱਤ ਵਿੱਚ ਆ ਕੰਮ ਕਰਨ ਵਾਲੇ ਸ਼ਖਸ ਨੂੰ ਲੋਕਾਂ ਦੇ ਸਲਾਹ ਦੇ ਨਾਲ ਹੀ ਟੈਗਟ ਦਿੱਤੇ ਜਾਵੇਗੀ ਉਹਨਾਂ ਦਾ ਕਹਿਣਾ ਕਿ ਕਾਂਗਰਸ ਤੋਂ ਸਾਰੀਆਂ ਪਾਰਟੀਆਂ ਡਰੀਆਂ ਹੋਈਆਂ ਹਨ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਵੱਲ ਕਾਂਗਰਸ ਦੇ ਲੀਡਰਾਂ ਤੇ ਕਾਰਵਾਈਆਂ ਦੇ ਡਰਾਵੇ ਦੇریعਾ ਤੇ ਦੂਜੇ ਪਾਸੇ ਅਕਾਲੀ ਪਾਇਪਾ ਫਿਰ ਗੜਜੋੜ ਕਰਨ ਦੀ ਤਿਆਰੀ ਵਿੱਚ ਹੈ ਰਾਜਾ ਬੜਿੰਗ ਨੇ ਕਹਿ ਕੇ ਗੁਜਰਾਤ ਦੇ ਅਦਾਲਤ ਵੱਲੋਂ ਰਾਹੁਲ ਗਾਂਧੀ ਦੇ ਸਜ਼ਾ ਮਾਮਲੇ ਦੇ ਵਿੱਚ ਪਾਈ ਪਟੀਸ਼ਨਾਂ ਖਾਰਜ ਕਰਨਾ ਮੰਦਭਾਗਾ ਹੈ ਉਹਨਾਂ ਦਾ ਕਹਿਣਾ ਕਿ ਪਾਰਟੀ ਤੇ ਇਨਸਾਫ ਆ ਪਸੰਦ ਲੋਕਾਂ ਦੇ ਲਈ ਅੱਜ ਦਾ ਦਿਨ ਕਾਲਾ ਦਿਨ ਹੈ ਪੀਐਮ ਮੋਦੇ ਦੇ ਇਸ ਜੋਇਨਾ ਦੇ ਵਿੱਚ ਮਿਲਦਾ ਹੈ ਮੁਫਤ ਅਨਾਜ ਇੰਜਾਂ ਜੋੜੇ ਪਰਿਵਾਰ ਦਾ ਨਾਂ ਤਾਂ ਦੋਸਤੋ ਕੇਂਦਰ ਸਰਕਾਰ ਗਰੀਬਾਂ ਦੀ ਪੋਜਣ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਜੋਇਨਾ ਚਲਾਰੀਆ ਪ੍ਰਧਾਨ ਮੰਤਰੀ ਮੋਦੇ ਦੇ ਇਸ ਅਭਿਲਾਸ਼ੀ ਜੋਇਨਾ ਤਹਿਤ ਗਰੀਬਾ ਪਰਿਵਾਰ ਦੇ ਵਿਅਕਤੀਆਂ ਨੂੰ ਰਸਨਾ ਕਾਰਡ ਰਾਹੀਂ ਮੁਫਤ ਅਨਾਜ ਦਿੱਤਾ ਜਾਂਦਾ ਹੈ ਪੀਐਮ ਜੀਕੇ 22 ਵਿੱਚ ਪ੍ਰਤੀ ਵਿਅਕਤੀ ਦੇ ਆਧਾਰ ਤੇ ਮੁਫਤ ਅਨਾਜ ਦਿੱਤਾ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਰਾਸ਼ਨ ਕਾਰਡ ਦੇ ਵਿੱਚ ਜਾਂ ਕਿਸੇ ਵਿਅਕਤੀ ਦਾ ਨਾਮ ਦਰਜ ਕਰਵਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਇਸ ਬਾਰੇ ਵਿਸਤਾਰ ਵਿੱਚ ਜਾਣ ਸਕਦੇ ਹੋ ਹਰ ਮਹੀਨੇ ਮਿਲਦਾ ਹੈ 5 ਕਿਲੋ ਮੁਫਤ ਦਾ ਅਨਾਜ ਆ ਪ੍ਰਧਾਨ ਮੰਤਰੀ ਗਰੀਬਾਂ ਕਲਿਆਣ ਯੋਜਨਾ ਤਹਿਤ ਪ੍ਰਤੀ ਵਿਅਕਤੀ 5 ਕਿਲੋ ਅਨਾਜ ਮੁਫਤ ਦਿੱਤਾ ਜਾਂਦਾ ਜੇਕਰ ਇੱਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਅਤੇ ਦੋ ਬੱਚਿਆਂ ਸਮੇਤ ਕੁੱਲ 4 ਮੈਂਬਰ ਹੰਤਾ ਯੋਜਨਾ ਦੇ ਅਨੁਸਾਰ ਪਰਿਵਾਰ ਨੂੰ 20 ਕਿਲੋ ਅਨਾਜ ਮੁਫਤ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਸ਼ਾਮਲ ਕਰੋ ਨਵੇਂ ਮੈਂਬਰ ਦਾ ਨਾਮ ਆਫਲਾਈਨ ਪ੍ਰਕਿਰਿਆ ਰਾਸ਼ਨ ਕਾਰਡ ਦੇ ਵਿੱਚ ਨਵੇਂ ਮੈਂਬਰ ਦਾ ਨਾਂ ਜੋੜਨ ਦੇ ਲਈ ਆਧਾਰ ਕਾਰਡ ਰਾਸ਼ਨ ਕਾਰਡ ਸਮੇਤ ਲੋੜੀ ਦੇ ਦਸਤਾਵੇਜ਼ਾਂ ਸਮੇਤ ਕਿਸੇ ਵੀ ਰਾਸ਼ਨ ਕਾਰਡ ਰਾਸ਼ਨ ਕੋਟੇਦਾਰ ਬੀ ਐਲਓ ಗ್ರಾಮ ਸਕੱਤਰ ਵਾਰਡ ਦੇ ਕਾਉਂਸਲਰ ਕੋਲ ਅਪਲਾਈ ਕੀਤਾ ਜਾ ਸਕਦਾ ਐਸ ਡੀ ਐਮ ਜਾਂ ਬਲਾਕ ਦਫ਼ਤਰ ਦੇ ਵਿੱਚ ਵੀ ਅਪਲਾਈ ਕਰ ਸਕਦੇ ਹਨ ਇਥੇ ਦੱਸਤਾ ਵੇਜਨ ਦੀ ਜਾਂਚ ਕਰਨ ਤੋਂ ਬਾਅਦ ਤੁਹਾਡਾ ਨਾ ਰਾਸ਼ਨ ਕਾਰਡ ਵਿੱਚ ਸ਼ਾਮਲ ਹੋ ਜਾਵੇਗਾ। ਅਗਲੀ ਖਬਰ ਹੈ ਨਹੀਂ ਚਲੇਗੀ ਜਿਰਾ ਸ਼ਰਾਬ ਫੈਕਟਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਕੋਰੀ ਨਾ। ਤਾਂ ਦੋਸਤੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿਰਾ ਦੇ ਬਖੇ ਮਾਲ ਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ ਮੜ ਚਾਲੂ ਕਰਨਾਂ ਦੇ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਮੰਗਲਵਾਰ ਨੂੰ ਆਏ ਤਾਜ਼ਾ ਆਦੇਸ਼ ਦੇ ਵਿੱਚ। PPCB ਨੇ ਕਿਹਾ ਹੈ ਕਿ ਇਹ ਫੈਸਲਾ ਫੈਕਟਰੀ ਸਾਈਟ ਤੇ 28 ਟਿਊਬਲਾਂ ਤੋਂ ਲਏ ਗਏ ਪਾਣੀ ਅਤੇ ਮਿੱਟੀ ਦੇ ਨਮੂਨਿਆਂ ਦੇ ਟੈਸਟਾਂ ਦੇ ਆਧਾਰ ਤੇ ਲਿਆ ਗਿਆ ਹੈ। ਬੋਰਡ ਦੇ ਚੇਅਰਮੈਨ ਆਦਰਸ਼ ਬੱਜਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਫੈਕਟਰੀ ਪ੍ਰਦੂਸ਼ਣ ਕੰਟਰੋਲ ਸੰਬੰਧਿਤ ਤਹਿ ਸ਼ਰਤਾ ਪੂਰੀਆਂ ਨਹੀਂ ਕਰਦੀ। ਡਾਕਟਰ ਬੀਆਰ ਅਮੇਦਕਰ ਪਵੰਦੇ ਉਸਾਰੀ ਦੇਲੇ 3 ਕਰੋੜ ਰੁਪਏ ਅਲਾਟ ਮੰਤਰੀ ਬਲਜੀਤ ਕੌਰ ਮਹੱਕਮਾਂਤਰੀ ਭਗਵਾਨਤ ਮਾਨਯਾ ਗਬਾਈਦ ਹੇਟਾ ਪੰਜਾਬ ਸਰਕਾਰ ਅਨੁਸੂਚਿਤ ਜਾਤਾਂ ਪਛੜੀਆਂ ਸ਼ਰੇਣੀਆਂ ਤੇ ਹੋਰ ਹਾਸ਼ੀਏ ਤੇ ਪੇਸਮੁਹਾਦੇਸ ਜੀਵਨ ਪਦਨ ਉੱਚਾ ਚੁੱਕਣ ਲਈ ਬਚਨ ਬਾਦ ਸਮਾਜਿਕ ਨਿਆਂ ਅਧਿਕਾਰਕਤਾ ਅਤੇ ਘੱਟ ਗਿਣਤੇ ਮੰਤਰੀ ਡਾਕਟਰ ਬਲਜੀਤ ਕੌਰ ਨਸਾ ਕੇ ਤਰਨ ਤਰਨ ਬੇਖੇ ਡਾਕਟਰ ਬੀ ਆਰ ਅੰਮੇਦਕਰ ਪਵੰਦੇ ਸਾਰੀ ਦਲੇ 3 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਇਸ ਸਬੰਧ ਦੇ ਵਧੇਰੇ ਜਾਣਕਾਰ ਦੰਦਿਆ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਬਾਬਾ ਸਾਹਿਬਾ ਡਾਕਟਰ ਬੀਆਰ ਅਮੀਦਕਰ ਪਵੰਦੇ ਸਥਾਪਨਾ ਦੇ ਲਈ 3 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮੰਤਵ ਦੇ ਲਈ ਲੋੜੀਂਦੀ ਜ਼ਮੀਨਾਂ ਪਹਿਲਾਂ ਹੀ ਐਕਵਾਇਰ ਕੀਤੀ ਜਾ ਚੁੱਕੀ ਹੈ। ਅਗਲੀ ਖਬਰ ਸ਼ਿਵ ਸ਼ਨਾ ਆਗੂ ਤੇ ਗੋਲੀ ਚਲਾਉਣ ਵਾਲਾ ਮੁੱਖ ਅਮਲਜਮ ਨੂੰ ਗ੍ਰਿਫਤਾਰ ਤਾਂ ਦੋਸਤੋ ਬਟਾਲਾ ਦੇ ਵਿੱਚ ਸਿਵ ਸਿਨ ਆਗੂ ਤੇ ਗੋਲੀ ਚਲਾਉਣ ਵਾਲੇ ਮੁੱਖ ਮਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਦੇ ਅਨੁਸਾਰ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮੁੱਖਾ ਦੋਸ਼ੀ ਨੂੰ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਪੁਲਿਸ ਨੇ ਪੱਛਮੀ ਬੰਗਾਲ ਪੁਲਿਸ ਦੀ ਮਦਦ ਦੇ ਨਾਲ ਇਸ ਨੂੰ ਫੜਿਆ ਹੈ ਮਲਜਮ ਦੀ ਪਛਾਣ ਜਸਪ੍ਰੀਤ ਸਿੰਘ 22 ਸਾਲਾ ਵਜੋਂ ਹੋਇਆ ਤੇ ਪੱਛਮੀ ਬੰਗਾਲ ਤੋਂ ਭਟਾਣ ਭੱਜਣ ਦੀ ਤਿਆਰੀ ਵਿੱਚ ਸੀ ਪੁਲਿਸ ਦੇ ਹੋਰ ਸਾਤਿਆਂ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਹੁਣ ਕਾਰਿਆ ਇਹ ਵੀ ਪਤਾ ਲੱਗਾ ਕਿ ਮੁਲਜ਼ਮਾਂ ਦੇ ਵੱਲੋਂ ਇਸ ਹਮਲੇ ਦੇ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਅਗਲੀ ਖਬਰ ਹੈ ਮਹਿੰਗੇ ਟਮਾਟਰਾਂ ਤੋਂ ਫਿਲਹਾਲ ਨਹੀਂ ਮਿਲੇਗੀ ਲੋਕਾਂ ਨੂੰ ਕੋਈ ਰਾਹਤ 150 ਰੁਪਏ ਤੱਕ ਕਪੂਜੀ ਕੀਮਤ ਜੀ ਆਂ ਦੋਸਤੋ ਖਾਤਕਾਰਨ ਨੂੰ ਮਹਿੰਗੇ ਟਮਾਟਰਾਂ ਤੋਂ ਫਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ ਦੇਖਦੇ ਕਈ ਹਸਨ ਬੈਚਾਂ ਮੀਂਹ ਦੇ ਕਾਰਨ ਸਪਲਾਈ ਪ੍ਰਭਾਵਿਤ ਹੋਣ ਦੇ ਕਾਰਨ ਬੀਰਬਾਰ ਨੂੰ ਟਮਾਟਰ ਦੇ ਪਰਚੂਨਕ ਕੀਮਤ 162 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਕਾਬਤਕਰ ਮਾਮਲਿਆਂ ਦੇ ਮੰਤਰਾਲਿਆਂ ਦੇ ਅੰਕੜਿਆਂ ਦੇ ਅਨੁਸਾਰ ਮਹਾਨਗਰਾਂ ਨੇ ਵੇਚਿਆ ਟਮਾਟਰਾਂ ਦੀ ਕੀਮਤ ਪਰਚੂਨਕ ਕੀਮਤਾਂ ਕੋਲਕਾਤਾ ਦੇ ਵਿੱਚ ਸਭ ਤੋਂ ਬਾਅਦ 152 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 120 ਰੁਪਏ ਪ੍ਰਤੀ ਕਿਲੋਗ੍ਰਾਮ ਚੇਨਈ ਦੇ ਵਿੱਚ 117 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਮੁੰਬਈ ਦੇ ਵਿੱਚ 108 ਰੁਪਏ ਪ੍ਰਤੀ ਕਿਲੋਗ੍ਰਾਮ ਹਨ ਗੈਂਗਸਟਰ ਅंसारी ਦੇ ਮੁੰਡੇ ਤੇ ਭਤੀਜੇ ਦੇ ਨਾਮ ਤੇ ਵਾਕਾ ਭਾਬੋੜ ਦੇ ਜ਼ਮੀਨ ਮਾਮਲੇ ਦੇ ਵਿੱਚ ਹੋਇਆ ਇੱਕ ਹੋਰ ਖੁਲਾਸਾ ਪੰਜਾਬ ਵਿੱਚ ਗੈਂਗਸਟਰ ਮਖ्तार ਅंसारी ਦੇ ਪੁੱਤਰ ਤੇ ਭਤੀਜੇ ਦੇ ਨਾਮ ਤੇ ਜ਼ਮੀਨ ਦਾ ਮੁੱਦਾ ਲਗਾਤਾਰ ਵਾਧਾ ਜਾ ਰਿਹਾ ਹੈ ਰੂਪਨਗਰ ਜ਼ਿਲ੍ਹੇ ਦੇ ਕਾਜਾ ਕਿਸਾਨਾਂ ਨੇ ਤਤਕਾਲੀ ਸਰਕਾਰ ਦੇ ਬਿਲੋ ਤੱਕੇ ਸ਼ਾਈ ਕਰਨ ਦਾ ਇਲਜ਼ਾਮ ਲਾਇਆ ਮੰਕਮંત્રી ਭਗਵੰਤ ਮਾਨ ਦੇ ਬਿਲੋ ਗੈਂਗਸਟਰ ਮਖ्तार ਅंसारी ਦੇ ਪੁੱਤਰਾਂ ਨੂੰ ਅਲਾਟ ਕੀਤੀ ਗਈ ਜ਼ਮੀਨਦਾਰ ਸਬੰਧ ਵਿੱਚ ਅੱਜ ਇੱਕ ਨਵਾਂ ਖੁਲਾਸਾ ਹੋਇਆ ਹੈ। ਦਰਹਸਾਲਾ ਰੂਪਨਗਰ ਜ਼ਿਲ੍ਹੇ ਦੇ ਪਿੰਡ ਸਨਾਣਾ ਸਟਾਟ 154 ਕਨਾਲ 15 ਮਰਲੇ ਵਾਕਾ ਪਾ ਬੋਰਡ ਦੀ ਜ਼ਮੀਨ ਹੈ ਜਿਸ ਦਾ ਪਟਾ ਗੈਂਗਸਟਰ ਮੁਖਤਾਰ ਅंसारी ਦੇ ਪੁੱਤਰ ਅਬਾਸ ਅंसारी ਅਤੇ ਭਤੀਜੇ ਉਮਰ ਅंसारी ਨੂੰ ਦਿੱਤਾ ਗਿਆ ਹੈ। ਅਗਲੀ ਖਬਰ ਹੈ ਪੰਜਾਬ ਦੇ ਕਈ ਇਲਾਕੇ ਹੜ੍ਹ ਦੇ ਲਪੇਟ ਵਿੱਚ ਮੌਸਮ ਮੰਭਾਗ ਦੇ ਬੋਲੋ 7 ਤੋਂ 9 ਜੁਲਾਈ ਤੱਕ ਮੀਂਹ ਦੀ ਪਸ਼ੀਨ ਗੋਈ। ਸਾਂ ਦੋਸਤੋ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 7 8 ਅਤੇ 9 ਜੁਲਾਈ ਨੂੰ ਮੀਂਹ ਪੈਣ ਦੀ ਪੇਸ਼ੀਨ گوئی ਕੀਤੀ ਹੈ ਮੌਸਮਾ ਵਿਭਾਗ ਤੋਂ ਮਿਲੇ ਜਾਣਕਾਰ ਦੇ ਅਨੁਸਾਰ ਕੱਲ ਪੰਜਾਬ ਦੇ ਅੰਮ੍ਰਿਤਸਰ ਵਿੱਚ 43 ਐਮ ਐਮ ਲੁਧਿਆਣਾ ਵਿੱਚ 6 ਐਮ ਐਮ ਜਲੰਧਰ ਵਿੱਚ 32.5 ਐਮ ਐਮ ਨਮਾਸ਼ਹਿਰ ਵਿੱਚ 14 ਐਮ ਐਮ ਮੀਂਹ ਦਰਜ ਕੀਤਾ ਗਿਆ ਪੰਜਾਬ ਦੇ ਅੰਮ੍ਰਿਤਸਰ ਜਲੰਧਰ ਬਠਿੰਡਾ ਲੁਧਿਆਣਾ ਨਮਾਸ਼ਹਿਰ ਵਿੱਚ ਪਰਮਾ ਮੀ ਪਿਆ ਤਰਨਤਾਰਨ ਖੇਤਰ ਵਿੱਚ ਭਾਰੀ ਮੀਂਹ ਪੈਣ ਤੋਂ ਇਲਾਵਾ ਦੇਮਾ ਤੋਂ ਬਧੇਰੇ ਪਾਣੀ ਛੱਡਣ ਦੇ ਨਾਲ ਵਿਆਸ ਅਧਰਿਆ ਵਿੱਚ ਪਾਣੀ ਦਾ ਪੱਧਰ ਪਿਛਲੇ 3 ਦਿਨਾਂ ਤੋਂ ਲਗਾਤਾਰ ਵੱਧਦਾ ਜਾ ਰਿਹਾ ਜਿਸ ਦੇ ਨਾਲ ਹਰੀਕੇ ਨੇੜਲੇ ਕਈ ਪਿੰਡਾਂ ਦੇ ਕਿਸਾਨਾਂ ਦੇ ਜ਼ਮੀਨਾਂ ਪਾਣੀ ਵਿੱਚ ਡੁੱਬ ਗਈਆਂ ਹਨ ਆਈਐਮਡੀ ਨੇ ਅੱਜ ਨਾਗਾਲੈਂਡ ਮਣੀਪੁਰ ਮੇਝਰਾਮ ਤੇਰਪੁਰਾ ਉੜੀਸਾ ਝਾਰਖੰਡ ਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਰਾਜਸਥਾਨ ਮੱਧ ਪ੍ਰਦੇਸ਼ ਬੇਦਰਬ ਛਤੀਸਗੜ੍ਹ ਅੰਦਰੂਨੀ ਕਰਨਾਟਕ ਤੱਟੀ ਆਂਧਰਾ ਪ੍ਰਦੇਸ਼ ਜਨਮ ਤਾਮਿਲਨਾਡੂ ਦੇ ਲਈ ਮੀਂਹ ਦੀਪ ਵਕਬਾਨੀ ਜਾਰੀ ਕੀਤੀ ਹੈ ਡਿਫਾਲਟਰਾਂ ਦੇ ਲਈ ਆਰਬੀ ਦੇ ਵੱਲ ਇੱਕ ਮੌਕਾ ਨਵੇਂ ਨਿਯਮ ਹੋਏ ਲਾਗੂ ਤਾਂ ਦੋਸਤੋ ਮਜਬੂਰੀ ਦੇ ਵਿੱਚ ਆ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲੇ ਤੇ ਜਾਣਬੁੱਝ ਕੇ ਬੈਂਕਾਂ ਦਾ ਕਰਜ਼ਾ ਨਾ ਮੋੜਨਾ ਵਾਲਿਆਂ ਰਿਜ਼ਰਵ ਬੈਂਕ ਨੇ ਵੱਡੀ ਰਾਹਤ ਦੀ ਖਬਰ ਦਿੱਤੀ ਹੈ ਹੁਣ ਅਜਾਹੇ ਡਿਫਾਲਟਰ ਕਰਜ਼ੇ ਦੀਆਂ ਸ਼ਰਤਾਂ ਨੂੰ ਬਦਲਣ ਦੇ ਲਈ ਬੈਂਕਾਂ ਦੇ ਨਾਲ ਗੱਲਬਾਤ ਕਰ ਸਕਦੇ ਹਨ ਤੇ ਆਪਣੇ ਨਾ ਮੋੜੇਗੇ ਕਰਜ਼ਿਆਂ ਬਾਰੇ ਬੈਂਕ ਦੇ ਨਾਲ ਸੈਟਿੰਗ ਵੀ ਕਰ ਸਕਦੇ ਹਨ ਤੇ ਬੈਂਕਾਂ ਅਜਾਹੇ ਜਾਣਬੁੱਝ ਕੇ ਹੋਏ ਡਿਫਾਲਟਰਾਂ ਨੂੰ 12 ਮਹੀਨਿਆਂ ਦੀ ਕੁਲੇੰਗਾ ਪੀਰੀਅਡ ਤੋਂ ਬਾਅਦ ਦੁਬਾਰਾ ਕਰਜ਼ਾ ਦੇ ਸਕਦੇ ਹਨ ਦੱਸ ਰਿਹਾ ਕਿ ਵਿਜੇ ਮਾਲੀਆ ਨੀਰਬ ਮੋਦੀ ਅਤੇ ਮਹਿਲ ਚੌਕਸਬਰਗੇ ਸੈਂਕੜੇ ਬੈਲਪੁਲਾ ਡਿਫਾਲਟਰਾਂ ਤੇ ਬੈਂਕਾਂ ਸਖਤ ਅਧਿਕਾਰਾਂ ਤੇ ਅਜਾਹੇ ਸਮੇਂ ਦੇ ਬਿਚਾਰ ਜ਼ਰਬ ਬੈਂਕ ਕਰ ਦੇ ਐਸਆਈ ਯੂ ਟਰਨ ਤੇ ਕਈ ਮਹਾਰਾ ਨੇ ਆਰਬੀਆਈ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਦਬਾਅ ਵਾਲੀਆਂ ਜਾਇਦਾਦਾਂ ਤੋਂ ਬਾਅਦ ਤੋਂ ਬਾਅਦ ਵਸੂਲੇ ਨੂੰ ਯਕੀਨੀ ਬਣਾਉਣ ਲਈ ਬੈਂਕਾਂ ਨੂੰ ਧੋਖਾ ਤੜੀ ਵਾਲੇ ਖਾਤਿਆਂ ਤੇ ਇਰਾਦੇ ਦੇ ਨਾਲ ਜਾਣਬੁੱਝ ਕੇ ਡਿਫਾਲਟਰਾਂ ਦਾ ਨਪਟਾਰਾ ਕਰਨ ਦੀ ਇਜਾਜ਼ਤ ਦਿੱਤੀ